ਸੋ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਲਗਾਤਾਰ ਅੱਜ ਤੀਸਰੇ ਦਿਨ ਜਿਹੜੀ ਪੰਜਾਬ ਬਚਾਓ ਯਾਤਰਾ ਕੱਢ ਰਹੇ ਆ। ਸੋ ਗਿਆਨੀ ਟੀ ਸਟਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਬਾਦਲ ਚਾਹ ਪੀਣ ਲਈ ਜ਼ਰੂਰ ਰੁਕੇ ਆ ਤੇ ਗੱਲਬਾਤ ਵੀ ਕਰਾਂਗੇ ਅਸੀਂ। ਮੁੱਖ ਮੰਤਰੀ ਤਾਂ ਆਪਣੇ ਕੇਜਰੀਵਾਲ ਨੂੰ ਬਚਾਉਣ ਨੂੰ ਲੱਗਿਆ, ਪੰਜਾਬ ਨੂੰ ਤਾਂ ਭੁੱਲ ਗਿਆ ਤੇ ਤਾਂਹੀਓ ਅਸੀਂ ਸੋਚਿਆ ਜੇ ਪੰਜਾਬ ਦੀ ਜਨਤਾ ਇਕੱਠੇ ਹੋ ਕੇ ਇਹਨੂੰ ਅਲਵਿਦਾ ਕਰੀਏ ਤਾਂ ਹੀ ਅਲਵਿਦਾ ਹੋਊਗਾ ਜੇ ਇਹਨਾਂ ਦੀ ਹੁਣ ਜ਼ਮਾਨਤ ਜ਼ਬਤ ਹੋ ਸਕਦੀ। ਅਸੀਂ ਤਾਂ ਪੰਜਾਬ ਬਚਾਉਣ ਤੇ ਲੱਗੇ ਆ। ਸੁਖਬੀਰ ਬਾਦਲ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਪੰਜਾਬ ਬਚਾਉਣ ਨੂੰ ਲੱਗੇ ਆ। ਸੋ ਭਗਵੰਤ ਮਾਨ ਦਾ ਦੁਆਰਾ ਜਿਹੜੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ, ਭਾਵੇਂ ਉਹ ਬੇਰੋਜ਼ਗਾਰੀ ਦਾ ਹੋਏ, ਨਸ਼ੇ ਦਾ ਹੋਏ ਜਾਂ ਫਿਰ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਇਆ ਪਾਉਣ ਦਾ ਹੋਏ, ਲੇਕਿਨ ਉਹ ਵਾਅਦਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਲਗਾਤਾਰ ਸੁਖਬੀਰ ਬਾਦਲ ਜਿਹੜਾ ਪੰਜਾਬ ਬਚਾਓ ਯਾਤਰਾ ਕੱਢ ਰਹੇ ਤੇ ਅੱਜ ਨਰਾਇਣਗੜ੍ਹ ਤੋਂ ਇਸਦੀ ਸ਼ੁਰੂਆਤ ਹੋਈ ਹੈ। ਸੋ ਗਿਆਨੀ ਟੀ ਸਟਾਲ ਤੇ ਚਾਹ ਪੀਣ ਲਈ ਸੁਖਬੀਰ ਬਾਦਲ ਜ਼ਰੂਰ ਰੁਕੇ ਸੀ ਅਤੇ ਚਾਹ ਪੀਣ ਤੋਂ ਬਾਅਦ ਉਹ ਫਿਰ ਜਿਹੜਾ ਰਵਾਨਾ ਹੋਏ ਆ ਇੱਥੋਂ। ਉਹ ਦੁਰਗਿਆਨਾ ਤੀਰਥ ਮੱਥਾ ਟੇਕਣ ਤੋਂ ਬਾਅਦ ਹਾਲ ਬਾਜ਼ਾਰ ਪੈਦਲ ਜਿਹੜਾ ਚੱਲਣਗੇ ਤੇ ਨਾਲ ਵਪਾਰੀਆਂ ਨੂੰ ਵੀ ਮਿਲਣਗੇ। ਸੋ ਇਹ ਗੱਡੀ ਤੁਸੀਂ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਦੀ, ਜਿਸ ਗੱਡੀ ਦੇ ਫੁੱਲਾਂ ਨਾਲ ਲੋਕਾਂ ਨੇ ਜਿਹੜੇ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਦੁਆਰਾ ਸੁਖਬੀਰ ਬਾਦਲ ਦਾ ਲਗਾਤਾਰ ਜਿਹੜਾ ਨਰਾਇਣਗੜ੍ਹ ਤੋਂ ਜਦੋਂ ਅੰਮ੍ਰਿਤਸਰ ਦੇ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਅਸੀਂ ਪੁੱਜੇ ਹਾਂ ਉਸ ਜਗ੍ਹਾ ਤੇ ਲਗਾਤਾਰ ਲੋਕ ਜਿਹੜੇ ਫੁੱਲਾਂ ਨਾਲ ਵਰਖਾ ਜ਼ਰੂਰ ਸੁਖਬੀਰ ਬਾਦਲ ਦੇ ਉੱਪਰ ਕਰਦੇ ਨਜ਼ਰ ਆ ਰਹੇ ਆ ਤੇ ਅਸੀਂ ਲੋਕਾਂ ਨਾਲ ਵੀ ਗੱਲ ਕੀਤੀ ਤੇ ਲੋਕਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਨੂੰ ਬਚਾਉਣ ਦੀ ਜ਼ਰੂਰ ਜ਼ਰੂਰਤ ਹੈ। ਸੋ ਸੁਖਬੀਰ ਸਿੰਘ ਬਾਦਲ ਜੋ ਵੀ ਕਰ ਰਹੇ ਹੈ ਬਿਲਕੁਲ ਠੀਕ ਕਰ ਰਹੇ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ, ਜਿਹੜੇ ਵਾਅਦਿਆਂ ਦੇ ਸਿਰ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਹਾਲਾਂਕਿ ਉਹ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ। ਸੋ ਸਰਕਾਰ ਨੂੰ ਦੁਬਾਰਾ ਤੋਂ ਉਹ ਵਾਅਦੇ ਯਾਦ ਕਰਾਉਣ ਲਈ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸੁਖਬੀਰ ਬਾਦਲ ਇਹ ਯਾਤਰਾ ਕੱਢ ਰਹੇ ਨੇ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।